ਵੀਰ ਜੀ ਮੇਰਾ ਨਾਮ ਜਨਕ ਰਾਜ ਹੈ ਜੀ। ਕੀ ਹੋਇਆ ਕਿ ਜਿਹੜਾ ਐਕਸੀਡੈਂਟ ਕਿਸ ਕਰਕੇ ਆ? ਇਹ ਐਕਸੀਡੈਂਟ ਮੇਰੇ ਚਾਚਾ ਜੀ ਸੀ ਦੋਵੇਂ। ਇਹ ਦਵਾਈ ਲੈਣ ਜਾ ਰਹੇ ਸੀ ਫਾਜ਼ਿਲਕਾ, ਆ ਰਹੇ ਸੀ ਫਾਜ਼ਿਲਕਾ ਦਵਾਈ ਲੈ ਕੇ ਵਾਪਸ ਆ ਰਹੇ ਸੀ ਤੇ ਪ੍ਰਗਟ ਸਾਹਿਬ ਦੇ ਕੋਲ ਉੱਥੇ ਟਰਾਲੀ ਖੜੀ ਹੋਈ ਸੀ ਇੱਟਾਂ ਵਾਲੀ, ਉਹਦੇ ਵਿੱਚ ਵੱਜਣ ਕਰਕੇ ਦੋਵਾਂ ਦੀ ਡੈਥ ਹੋ ਗਈ। ਉੱਥੇ ਟਰਾਲੀ ਕਾਹਦੀ ਸੀ? ਪੱਠੇ ਕਿੰਨਾ ਕਿੰਨਾ ਦੇ ਪੱਠੇ ਦੀ? ਜੇ ਜੇ ਬ੍ਰਿਕਸ ਦੀ ਹੈ, ਜੇ ਜੇ ਬ੍ਰਿਕਸ ਤੇ ਲੱਗੀ ਹੋਈ ਹੈ, ਪ੍ਰਾਈਵੇਟ ਟਰੈਕਟਰ। ਅੱਛਾ, ਰੋਡ ਤੇ ਖੜੀ ਸੀ? ਹਾਂ, ਰੋਡ ਦੇ ਉੱਪਰ ਖੜਾ ਸੀ, ਪੈਂਚਰ ਹੋਇਆ ਖੜਾ। ਤੇ ਦੋਨੋਂ ਭਰਾ ਸੀਗੇ? ਹਾਂਜੀ ਹਾਂਜੀ, ਦੋਨੋਂ ਭਰਾ ਸੀ। ਮੌਕੇ ਤੇ ਇਹਨਾਂ ਦਾ? ਹਾਂਜੀ ਹਾਂਜੀ, ਮੌਕੇ ਦੇ ਇੱਕ ਦੇ ਵਿੱਚ ਮਾੜੇ ਮੋਟੇ ਹੈਗੇ, ਸਾਲ ਲੈ ਕੇ ਆਏ, ਬਾਕੀ ਉੱਥੇ ਆ ਕੇ ਬਿਰ ਡੈਡ ਕਰ ਦਿੱਤਾ। ਮੈਂ ਛੋਟੇ ਛੋਟੇ ਬੱਚੇ ਨੇ ਜੀ, ਸਾਡਾ ਤਾਂ ਵਿਆਹ ਹੀ ਕੱਖ ਨਹੀਂ। ਹੁਣ ਕੀ ਮੰਗ ਹੈ? ਮੰਗ ਇਹ ਹੀ ਹੈ ਜੀ ਸਰਕਾਰ ਤੋਂ, ਬੱਚਿਆਂ ਵਾਸਤੇ ਵੀ ਜੇ ਕੋਈ ਸਹੂਲਤ ਮਿਲ ਜਾਏ ਤਾਂ। ਵੀ ਜਿਹੜੇ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਸੀਗਾ, ਕੀ ਕਾਰਨ? ਐਕਸੀਡੈਂਟ ਕੱਲ੍ਹ ਰਾਤ ਕੋਈ 7:30 ਵਜੇ ਆ ਰਹੇ ਸੀਗੇ, ਅੱਗੇ ਇੱਟਾਂ ਦੀ ਭਾਰੀ ਟਰਾਲੀ ਖੜੀ ਸੀ ਅਤੇ ਉਹਦੇ ਅੱਗੋਂ ਇਹਨਾਂ ਨੂੰ ਹਨੇਰੇ ਕਰਕੇ ਝੱਤੀ ਸੀ ਜੀ, ਅਤੇ ਉਹਦੇ ਵਿੱਚ ਟਕਰਾ ਗਏ ਅਤੇ ਬਿਆਨ ਲਿਖ ਕੇ ਮੁਕੱਦਮਾ ਦਰਜ ਕਰਤਾ ਟਰਾਲੀ ਵਾਲੇ ਦੇ ਖਿਲਾਫ। ਪੱਠੇ ਦੀ ਟਰਾਲੀ ਸੀ ਕੋਈ? ਪੱਠੇ ਦੀ? ਹਾਂ, ਪੱਠੇ ਦੀ ਟਰਾਲੀ ਸੀ, ਜੇ ਪੱਠੇ ਦੀ। ਗੁਰਪ੍ਰੀਤ ਸਿੰਘ ਨੂੰ ਪਤਾ ਲੱਗਾ ਡਰਾਈਵਰ ਦਾ ਨਾਂ ਹੈ, ਉਹਨੂੰ ਛੇਤੀ ਗ੍ਰਿਫਤਾਰ ਕਰਕੇ ਦੇ। ਦੋ ਜੀ ਦੇ ਹੱਥੋਂ ਹੀ? ਕਿੰਨੇ ਦੀ? ਹਾਂ, ਦੋ ਭਾਈ ਨੇ, ਦੋਨੇ ਸੱਕੇ। ਹਾਂਜੀ, ਸੱਕੇ ਭਾਈ ਨੇ, ਗੱਜਣ ਰਾਮ ਹੈ ਔਰ ਇੱਕ ਮੰਨਾ ਰਾਮ, ਪੁੱਤਰਾਣ ਬਾਗ ਰਾਮ, ਜਤਾਲੇ ਦੇ ਰਹਿਣ ਵਾਲੇ। ਕਾਰਵਾਈ ਆਰੰਭ ਕਰਤੀ ਸਰ? ਹਾਂਜੀ, ਬਾਕੀ ਮੁਕੱਦਮਾ ਦਰਜ ਕਰ ਲਿਆ ਜੀ, ਦੋਸ਼ੀ ਨੂੰ ਛੇਤੀ ਗ੍ਰਿਫਤਾਰ ਕਰ ਲਾਂਗੇ।